ਕੀ ਹਾਲ ਚਾਲ ਐਂਡ ਬਾਲਵਣੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਆਪਣਾ ਖੜਾ ਡਾਇਰੈਕਟਰ ਦੇਖ ਸਕਦੇ ਹੋ ਤੁਸੀਂ, ਹਨਾ। ਕੱਲ ਸਾਰਾ ਕੁਝ ਕਸਤਾ ਸੀ, ਅੱਜ ਕੁਛ ਕੁ ਹੋਰ ਦੇਖਦੇ ਹਾਂ। ਜਾਂ ਤਾਂ ਕਰਾਂਗੇ, ਨਹੀਂ ਫਿਰ ਇੱਕ ਚੀਜ਼ ਕਰਾਂਗੇ, ਜਾਂ ਤਾਂ ਟਰਬੋ ਲੈ ਕੇ ਆਊਂਗਾ, ਜਾਂ ਅੱਜ ਫਿਰ ਟਰੈਕਟਰ ਫੁੱਲ ਤਿਆਰ ਕਰੂੰਗਾ। ਵੀ ਮਤਲਬ ਜਾਂ ਫਿਰ ਕੱਲ੍ਹ ਨੂੰ ਟਰਬੋ ਲੈਣ ਜਾਊਂਗਾ, ਜਾਂ ਕੱਲ੍ਹ ਨੂੰ ਟਰੈਕਟਰ ਤਿਆਰ ਕਰੂੰਗਾ, ਹਾਂ। ਤੁਸੀਂ ਚੀਜ਼ ਸਮਝ ਗਏ ਹੋਵੋਗੇ। ਅਤੇ ਆਹ ਆਪਣਾ ਜਿਹੜਾ ਟਿਕਾਣਾ ਜਿੱਥੇ ਆਪਾਂ ਖੜ ਕੇ ਸਾਰੀਆਂ ਚੀਜ਼ਾਂ ਕਰਦੇ ਹਾਂ, ਉਹ ਆਪਣੀ ਅਲਮਾਰੀ ਆ ਜਿਹਦੇ ਵਿੱਚ ਆਪਣਾ ਸਾਰਾ ਸਮਾਨ ਪਿਆ ਵੀਰੇ। ਪਹਿਲਾਂ ਅੱਜ ਇਹ ਰੀਸਟੋਰ ਕਰਨਾ, ਮਤਲਬ ਕਹਿਣ ਦਾ ਭਾਵ ਉਹ ਐਂਡ ਪਾ ਲਓ ਨਹੀਂ ਤੱਕ, ਮੈਂ ਪਹਿਲੀ ਵੀਡੀਓ 'ਚ ਦੱਸ ਦਿੱਤਾ, ਉਹ ਕਹਿੰਦਾ ਤੱਕ ਵਾਲ ਪੱਟੀ ਕਰਕੇ ਦੁਬਾਰੇ ਐਂਡ ਪਾ ਲਓ ਨਹੀਂ ਲਿਖਣਾ ਵਧੀਆ ਕਰਕੇ। ਅਤੇ ਅਲਮਾਰੀ ਨੂੰ ਅੱਜ ਆਪਾਂ ਬਲੈਕ ਰੰਗ ਕਰਾਂਗੇ। ਅਤੇ ਬਾਕੀ ਜਾਂ ਠੀਕ ਆ ਮਿੱਤਰੋ, ਮਿਲਦੇ ਹਾਂ ਵੀਡੀਓ ਦੇ ਵਿੱਚ। ਵੀਡੀਓ ਨੂੰ ਪਿਆਰ ਜ਼ਿਆਦਾ ਤੋਂ ਜ਼ਿਆਦਾ ਦਿਆ ਕਰੋ, ਕਿ ਤੁਸੀਂ ਯਾਰ ਮਾੜੀ ਸ਼ੇਅਰ ਨਹੀਂ ਕਰਦੇ। ਗੱਲ ਨਹੀਂ ਬਣੀ, ਚੱਲ ਕਰਿਆ ਕਰੋ ਯਾਰ, ਹੈ ਨਾ। ਅਤੇ ਬਾਕੀ ਮਿਹਨਤੀ ਬੰਦੇ ਦੀ ਤਾਂ ਨਿਸ਼ਾਨੀ ਉਹ ਕੁਛ ਹੋਰ ਹੁੰਦੀ ਹੈ ਨਾ। ਅੱਜ ਥੋੜ੍ਹਾ ਜਿਹਾ ਮੈਂ ਬੀਜੀਆਂ ਰਿਸ਼ਤੇਦਾਰਾਂ ਨੇ ਆਉਣਾ, ਹੈ ਨਾ, ਉਹਦੇ ਕਰਕੇ ਮੈਂ ਕੁਛ ਨਾ ਕੁਛ ਕੰਮ ਅੱਜ ਕਰਦਾ। ਹੁਣ ਅੱਜ ਥੋੜ੍ਹੀ ਜਿਹੀ ਸ਼ਾਇਦ ਵੀਡੀਓ ਛੋਟੀ ਵੀ ਬਣ ਸਕਦੀ ਆ। ਅਤੇ ਠੀਕ ਆ ਫਿਰ, ਓਕੇ। ਆਹ ਦੇਖ ਲਓ ਬਾਈ, ਉੱਪਰ ਨਹੀਂ ਕਹਿੰਦੇ ਜਿਹੜੀ ਉਹ ਦਿਖਦੀ ਸੀ, ਕਰਤੀ ਕਿ ਨਾ ਕਹਿ ਦਿਓ ਵੀ ਕਿਤੇ ਕੋਈ ਹੋਰ ਕਰਦਾ। ਇਹ ਵੀ ਕੰਮ ਆਪਾਂ ਹੀ ਕਰਦੇ ਹਾਂ। ਆਹ ਜਦੋਂ ਘਰ ਨੂੰ ਵਾਲ ਪੱਟੀ ਇਹਦੀ ਜ਼ਿਆਦਾ ਸਿੱਖੀ ਦੀ, ਇਹ ਵੀ ਜਦ ਮੈਂ ਖਾਸੀ ਕਰ ਲਈ ਜੀ ਆਪਸ ਨੇ ਵੀ। ਆਪਾਂ ਅਲਮਾਰੀ ਤੱਕ ਕਰਨੀ ਆ ਬਸ, ਇਹ ਰਹਿ ਗਈ ਜੇ ਕੰਧ, ਬਾਅਦ 'ਚ ਆਪਾਂ ਨੇ ਕੀਤੀ ਹੈ ਯਾਰ। ਬੜਾ ਦਿਖਾਈ ਇਹਨੂੰ ਦਿਖਾ ਦਵਾਂ ਵੀ ਅੰਦਰ ਬਾਲ ਵੀ ਲਪੋਤਾ ਜਦੋਂ ਦੁਬਾਰੇ। ਅਤੇ ਆਪਾਂ ਨੇ ਐਂਡ ਪਾਲ ਤਾਂ ਲਪੋਤਾ ਵੀਰੇ, ਇਹ ਹੁਣ ਦੁਬਾਰੇ ਲਿਖਾਂਗੇ ਵਧੀਆ ਜਿਹਾ ਅੱਖਰਾਂ 'ਚ, ਅਤੇ ਸੰਤਰੀ ਸਪਰੇਅ 'ਚ ਲਿਖਣਾ ਸੀ। ਆਪਣੇ ਕੋਲ ਹੁਣ ਸੰਤਰੀ ਉੱਦਾਂ ਵਾਲੇ ਹੁੰਦੀ ਆ, ਉਹਦੇ ਨਾਲ ਲਿਖ ਦਾਂਗੇ ਵਧੀਆ ਜਿਹਾ ਕਰਕੇ। ਚਲੋ ਹੁਣ ਆਹ ਕੰਧ ਜੀ ਹੋਈ ਅਤੇ ਫਿਰ ਬਣਾਉਂਦਾ ਮੈਂ ਵੀਡੀਓ, ਦਿਖਾ ਦਿੰਦਾ ਫਿਰ ਤੁਹਾਨੂੰ ਕੰਮ। ਅਤੇ ਹਾਂਜੀ ਵੀਰੇ, ਆਪਾਂ ਰੰਗ ਇੰਨਾ ਕੁ ਕਰਤਾ ਸੀਗਾ, ਉਦੋਂ ਬਾਅਦ ਮੇਰੇ ਆਪਣੇ ਰਿਸ਼ਤੇਦਾਰ ਭਾਅ ਜੀ ਅਤੇ ਭੈਣ ਆ ਗਏ, ਅਤੇ ਮੇਰੀ ਛੋਟੀ ਜਿਹੀ ਭੈਣ ਜੀ ਆਈ ਆ, ਅਤੇ ਬਾਹਰੋਂ ਆਏ ਨੇ, ਉਹਦੇ ਕਰਕੇ ਆਪਾਂ ਉਹ ਇਹ ਥੋੜ੍ਹਾ ਜਿਹਾ ਹਜੇ ਉਰੇ ਰੋਕਤਾ ਕੰਮ, ਅਤੇ ਬਾਅਦ 'ਚ ਆਪਾਂ ਕਰਦੇ ਹਾਂ, ਕੋਈ ਚੱਕਰ ਨਹੀਂ, ਤੁਹਾਨੂੰ ਦਿਖਾਉਂਦੇ ਹਾਂ ਅਗਲਾ। ਦੇਖ ਸਕਦੇ ਹੋ ਜੇ ਮੈਂ ਹੁਣ ਥੋੜ੍ਹਾ ਜਿਹਾ ਤਿਆਰ ਜਿਹਾ ਹੋ ਗਿਆ ਸੀ, ਮੈਂ ਤਾਂ ਲਿਬੜੀ ਪੈ ਤੀ ਜਾਨੂੰ ਆ ਕੇ, ਉੱਕਣੇ ਕੱਪੜੇ ਪਾਏ ਹੋਏ ਸੀਗੇ। ਅਤੇ ਚਲੋ ਕੋਈ ਗੱਲ ਨਹੀਂ, ਅਤੇ ਆਪਾਂ ਕਰਦੇ ਹਾਂ ਜਿਵੇਂ ਵੀ ਇਹਦਾ ਅੱਜ ਲਿਖਾਂਗੇ, ਜਾਣੇ ਦੀ ਕਹਿਣ ਦਾ ਭਾਵ ਜਾਂ ਕੱਲ੍ਹ ਨੂੰ ਲਿਖ ਦਾਂਗੇ ਵੀਰੇ। ਆਪਾਂ ਨੇ ਕੰਮ ਨਵੇੜਦਾ ਵਾਲ ਪੱਟੀ ਦਾ, ਇਹਨੂੰ ਰੰਗ ਹੋਊਗਾ ਹੱਥ ਨੇ, ਅਲਮਾਰੀ ਨੂੰ ਆਪਾਂ ਕਰ ਦਾਂਗੇ ਕੱਲ੍ਹ ਨੂੰ ਰੰਗ। ਹੁਣ ਮੈਂ ਚੱਲਿਆ ਪਟਿਆਲੇ ਟਰਬੋ ਲੈਣ, ਅਤੇ ਇੱਕ ਹਾਂਜੀ ਜੀ, ਅਤੇ ਵੀਰੇ ਆਪਾਂ ਕਬਾੜਖਾਨੇ 'ਚ ਫਿਰ ਰਹੇ ਹਾਂ, ਹੈ ਨਾ। ਇਸ ਟਾਈਮ ਵੀ ਇੱਕ ਤਾਂ ਆਪਣੇ ਟਰਬੋ ਲੈ ਲਈ, ਹੋਲ ਸੈੱਟ ਦੀ ਲਈ ਆ, ਪੂਰੀ ਵਧੀਆ ਟਰਬੋ, 25 ਨੰਬਰ ਟਰਬੋ ਲਈ ਆ। ਅਤੇ ਬਾਕੀ ਜਿਹੜੀਆਂ ਹੋਰ ਨਿੱਕੀਆਂ ਮੋਟੀਆਂ ਚੀਜ਼ਾਂ ਸੀਗੀਆਂ ਉਹ ਵੀ ਮੈਂ ਲੈ ਰਿਹਾ, ਅਤੇ ਬਾਕੀ ਤੁਹਾਨੂੰ ਘਰ ਜਾ ਕੇ ਸਾਰੀਆਂ ਚੀਜ਼ਾਂ ਦਿਖਾਊਂਗਾ ਵੀ ਕੀ ਉਹਰੋਂ ਲਿਆ। ਇਹ ਤਾਂ ਜਾਣੀ ਦੀ ਆਪਣੇ ਲਈ ਤਾਂ ਇੱਕ ਐਂ ਭੰਡਾਰੇ ਸਮਝ ਲਓ ਵੀਰੇ, ਸਿਰਾ ਕਰ ਲਵਾਤਾ। ਠੀਕ ਆ, ਤੁਹਾਨੂੰ ਦਿਖਾਉਂਦੇ ਹਾਂ, ਓਕੇ। ਅਤੇ ਹਾਂਜੀ ਵੀਰੇ, ਆਪਾਂ ਨੇ ਸਮਾਨ ਲੈ ਲਿਆ ਉੱਥੋਂ ਜਿਹੜਾ ਲੈਣਾ ਸੀਗਾ, ਟਰਬੋ ਟਰਬੋ ਸਾਰਾ ਕੁਛ ਲੈ ਲਿਆ। ਅਤੇ ਹੁਣ ਮੈਂ ਆਇਆ ਓ ਮੈਕਸ ਮੋਲ, ਅਤੇ ਦੇਖ ਲਓ ਠੀਕ ਆ, ਓ ਮੈਕਸ ਮੋਲ ਮੈਂ ਕੋਲ ਖਾਣ ਪੀਣ ਆਇਆ, ਅਤੇ ਖਾ ਪੀ ਕੇ ਫਿਰ ਮੈਂ ਪਿੰਡ ਨੂੰ ਜਾਂਦਾ। ਅਤੇ ਚਲੋ ਵੀਰੇ, ਓਕੇ, ਧੰਨਵਾਦ, ਲਵ ਯੂ ਸਾਰਿਆਂ ਦਾ। ਹੁਣ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ, ਮੈਂ ਚੈਕਿੰਗ ਜੀ ਕਰਾ ਲਵਾਂ। ਅੱਜ ਆਪਾਂ ਇੱਕ ਤਾਂ ਇਹਦੇ ਇੰਡੀਕੇਟਰ ਕੱਸਦੇ ਹਾਂ, ਇੱਕ ਮੈਂ ਇਹਦੀ ਰਾਤ ਸੈਲਫ ਲੈ ਕੇ ਆਇਆ ਮੰਡਾ ਦੀ, ਉਹ ਲਾਉਣੀ ਹੈ। ਅਤੇ ਆਹ ਆਪਣਾ ਰੰਗ ਦੇਖ ਲਓ, ਫੁੱਲ ਵਧੀਆ ਹੋ ਗਿਆ ਠੀਕ ਆ ਵਾਲ ਪੱਟੀ। ਅਤੇ ਇਹਨੂੰ ਆਪਾਂ ਨੇ ਸ਼ਾਮ ਨੂੰ ਇਹਨੂੰ ਸੇੜਾਂਗੇ, ਸ਼ਾਮ ਨੂੰ ਕਰਾਂਗੇ ਇਹਦੇ ਰੰਗ ਰੁੰਗ, ਰਾਤ ਨੂੰ ਵਿਹਲੇ ਜੇ ਹੋ ਕੇ ਠੀਕ ਆ। ਅਤੇ ਅੱਜ ਮੋਟਰਾਂ ਵਾਲੀ ਲਾਈਟ ਵੀ ਆਉਣੀ ਆ,
उधर भी पानी, बस उधरों तो छड के आना कोई एडा चक्कर नहीं गा। प्लेट प्लेट सिस्टम है, बाद च फिर दूर लुड़का भर जा करूँ क्यारा उधर लाया करा, कोई चक्कर नहीं। तो क्यारे भी मेरे बड़ी रखे होंगे ने, छेती भरदा नहीं यह हूँ। बाकी तो आप अज एक तो ये इंडीकेटर लाने, सैल्फ लाने, मूहरली जाली लाने, बंद कर देना इनू एन, इंडीकेटर की फिटिंग करते हैं, हारना की फिटिंग करते हैं, सारा कुछ चलता करते हैं, वो पत्तियां उपरलियाँ वढ़ के छोटिया करते हैं, ठीक है। ये चीज़ा करते हैं, नाल जुड़े रहो अपने, ठीक है। ओके तो हाँ जी भीरे, अपने आ फिल्टर ज बड़ा गंद मंद थी, दूया चो भी निकला तो मैं साफ करता खोल के, तो आ फिल्टर थोड़े जे इन्ने उरां नूं करके लाने बैण गए, क्योंकि वह सैल्फ नाल माड़े मिट्टे जे खैण गए। तो बाकी सैल्फ आपने लाती चेक कर लिया पूरा वधिया गलबात, तो अगे थोनों दिखाने फिर इंडीकेटर लाने अज दे सारे, ठीक है। तो हाँ जी भीरे, आ फिल्टर ने जेडे थोनों जब आह सैल्फ लग गई मिंडा की, मान लो तो ये हूँ आह तेल तूल जब चोया पा, क्योंकि मैं वो हवा हवा कढ़िया थोनों दस्या सारे फिल्टर साफ किए ने, आह भी किया है ना। तो आह फिल्टर थोनों थोड़े जे मान लो भी अद्धा इंच इंच क उरां करने पैणगे, ये उरे बिच नट पा दिओ, फ्री नट पा दिओ, चाहे दूए लोटर नट पा दिओ, है ना। ये नट पा के बस वह गाह कसण हों कसया जाऊगा, तो अपने फिल्टर थोड़े जोर हो जाएंगे, तो सिल सैल्फ के नाल नहीं लगनगे, तो ऐन कसे जाएंगे, ठीक है भीरे। तो बाकी थोनू हूँ परफॉर्मेंस दिखा सैल्फ की भी, सैल्फ की थोनू दसे दस्यो भी किमें लगी है मिंडा की सैल्फ ओरिजिनल, तो दस्यो देखियो, तो हम देखियो भीरे स्टार्टिंग अपनी फिल्टर की, देखियो दस्यो फर्क लग्या, मैनू तो बड़ा एंड लगी गलबात, मिनट च स्टार्ट कर देने, ये तीन करारी ने, एक करारी है ये देख लो, छोटी बड़ी बड़ी है, ये तीन करारियां ने सैल्फ के, करके हाई हाई स्पीड बन जाती है, ता ही छेती ट्रैक्टर स्टार्ट होता। तो बाकी देखे क्यों वो जरा गल बात इन्हें होना गड्डी में स्टार्ट, वो आता सी ट्रक्का मैं ट्र करके ना सिरा गल बात आ मगरला इंडीकेटर लग गया, चलता भी है सारा कुछ ऐन जमें ही ओके है, तो ये नाल का मूरला अज ला के आ इधरले बाकी फेर लव, क्योंकि तारा जी लभनिया औखिया ने यार, फिर दोबारे जब आप रीस्टोर जहा करना, मैं तड़के का उलझा फिर हो गया जन की कम, ये तो अपना तो ये आप एलएक्स दे लाते, बाकी उधरला ला देना मैं दिखा थोनू वह भी ला के। अज एक दो चार काम होर ने यार, वो करके मैं थोड़ा जहा बिजी चल रहा, मैं ये करके ये नहीं ला रहा, ऊ करके देखदा एक तो लाऊंगा ही मूरला इधरली साइड, तो एक साइड तो लाऊंगा, ठीक नहीं। चलो ओके चलो मित्रो, आपने ब्रेक लगनिया भी करती हैं, इंडीकेटर भी चलते हैं, तो पार्किंग लाइटा भी रोकया, नेरा तो हो गया जरूर, इन्ना इन्ना ती अज दिहाड़ी लग गई मैनू, क्योंकि वो रीस्टोर करनी है चीज़ा थोड़ी जी औखी ने, नवी तारा पाया उन्होंने, वो तो फिर भी थोड़ी सिखाया ने, तो देख सकते क्वालिटी भी। तो चलो वाहगुरु कृपा करे अगला ब्लॉग बनाने, चलो ठीक है कल बनावे अगला ब्लॉग, तो मैं पहले ब्लॉग के बच्चे पाऊँगा, उदा छोटा बने ती ब्लॉग, चलो ठीक है ओके भाई जी।